ਪਿੱਛੇ ਹੋ ਜਾਓ ਭਾਈ, ਰਾਸਤਾ ਦੇ ਦਿਓ। ਬਹੁਤ ਗੰਭੀਰ ਜ਼ਖਮੀ ਆ, ਸੱਟਾਂ ਵੀ ਬੜੀਆਂ ਡੂੰਘੀਆਂ ਲੱਗੀਆਂ ਨੇ, ਖਰੋਚਾਂ ਨਾਲ ਤਾਂ ਪੂਰੀ ਛਿੱਲੀ ਪਈਆਂ। ਓਹੋ, ਘਬਰਾਇਓ ਨਾ, ਜਿੱਦਾਂ ਦੀ ਵੀ ਆ ਤੁਹਾਡੀ ਮਦਦ ਲਈ ਆ ਹੀ ਜਾਵਾਂਗੀ। ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਪਰਮਜੀਤ ਕੌਰ ਸੈਣੀ। ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਾਲੀਆਂ ਬਿਮਾਰ ਅਤੇ ਖਸਤਾ ਹਾਲ ਐਂਬੂਲੈਂਸਾਂ ਦੀ ਅਪੀਲ ਤਾਂ ਤੁਸੀਂ ਸੁਣ ਹੀ ਲਈ ਹੋਵੇਗੀ। ਆਓ ਤੁਹਾਨੂੰ ਦੱਸਦੇ ਹਾਂ ਅਸਲ ਵਿੱਚ ਪੂਰਾ ਮਾਮਲਾ ਹੈ ਕੀ। ਦਰਅਸਲ ਪੰਜਾਬ ਵਿੱਚ ਜਦ ਵੀ ਕੋਈ ਹਾਦਸਾ ਹੁੰਦਾ ਹੈ ਜਾਂ ਫਿਰ ਕੋਈ ਵੀ ਐਮਰਜੈਂਸੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ 108 ਐਮਰਜੈਂਸੀ ਨੰਬਰ ਡਾਇਲ ਕੀਤਾ ਜਾਂਦਾ ਹੈ ਤਾਂ ਕਿ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਸਦੀ ਜਾਨ ਬਚਾਈ ਜਾ ਸਕੇ। ਸਰਕਾਰਾਂ ਦਾਅਵੇ ਕਰਦੀਆਂ ਕਿ ਇਹ ਐਂਬੂਲੈਂਸਾਂ ਮੁੱਢਲੀ ਮੈਡੀਕਲ ਸੇਵਾਵਾਂ ਦੇ ਨਾਲ ਲੈਸ ਹੁੰਦੀਆਂ ਨੇ ਅਤੇ ਮਰੀਜ਼ਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਕੇ ਹਸਪਤਾਲ ਪਹੁੰਚਾ ਦਿੰਦੀਆਂ ਨੇ। ਇਹਨਾਂ ਐਂਬੂਲੈਂਸਾਂ ਦਾ ਜਦ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਅਸਲੀਅਤ ਹੈਰਾਨ ਕਰ ਦੇਣ ਵਾਲੀ ਸੀ। ਜੇਕਰ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਭਰ ਵਿੱਚ ਕਰੀਬ 242 ਸਰਕਾਰੀ ਐਂਬੂਲੈਂਸਾਂ ਉਪਲਬਧ ਨੇ, ਜਿਨ੍ਹਾਂ ਵਿੱਚੋਂ 2 ਐਂਬੂਲੈਂਸਾਂ ਮੁੱਖ ਮੰਤਰੀ ਅਤੇ ਪੂਰਵ ਮੁੱਖ ਮੰਤਰੀ ਦੇ ਕਾਫਲੇ ਨਾਲ ਚੱਲਦੀਆਂ ਨੇ, ਜਦਕਿ 240 ਐਂਬੂਲੈਂਸਾਂ ਆਮ ਜਨਤਾ ਦੇ ਲਈ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਨੇ। ਇਹਨਾਂ ਵਿੱਚੋਂ 30 ਦੇ ਕਰੀਬ ਐਂਬੂਲੈਂਸਾਂ ਲੁਧਿਆਣੇ ਜ਼ਿਲ੍ਹੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਆਂ ਨੇ। ਲੇਕਿਨ ਜਦ ਇਹਨਾਂ ਐਂਬੂਲੈਂਸਾਂ ਨੂੰ ਚੈੱਕ ਕੀਤਾ ਗਿਆ ਤਾਂ ਇਹਨਾਂ ਵਿੱਚ ਐਮਰਜੈਂਸੀ ਮੁੱਢਲੀ ਮੈਡੀਕਲ ਸੇਵਾ ਤਾਂ ਦੂਰ ਦੀ ਗੱਲ, ਇਹਨਾਂ ਦੀ ਹਾਲਤ ਵੱਧ ਤੋਂ ਬਦਤਰ ਸੀ। ਇਹਨਾਂ ਐਂਬੂਲੈਂਸਾਂ ਵਿੱਚ ਨਾ ਤਾਂ ਏਸੀ ਕੰਮ ਕਰ ਰਿਹਾ ਅਤੇ ਨਾ ਹੀ ਐਂਬੂਲੈਂਸ ਵਿੱਚ ਲੱਗੇ ਜੀਵਨ ਰੱਖਿਅਕ ਯੰਤਰ ਸੁਚੱਜੇ ਢੰਗ ਨਾਲ ਕੰਮ ਕਰਦੇ ਨੇ। ਇੱਥੇ ਤੱਕ ਕਿ ਐਂਬੂਲੈਂਸ ਵਿੱਚ ਰੱਖੇ ਗਏ ਮਰੀਜ਼ ਢੋਣ ਵਾਲੇ ਸਟ੍ਰੈਚਰ ਵੀ ਟੁੱਟੇ ਤੇ ਖਰਾਬ ਨੇ। ਇੰਨਾ ਹੀ ਨਹੀਂ, ਐਂਬੂਲੈਂਸਾਂ ਵਿੱਚ ਮਰੀਜ਼ਾਂ ਦੇ ਚੜ੍ਹਨ ਲਈ ਮਦਦ ਕਰਨ ਲਈ ਲੱਗੇ ਫੁੱਟ ਰੈਸਟ ਵੀ ਟੁੱਟੇ ਪਏ ਨੇ, ਅੱਗ ਬੁਝਾਊ ਯੰਤਰ ਐਕਸਪਾਇਰ ਹੋਏ ਪਏ ਨੇ ਤੇ ਕਈ ਐਂਬੂਲੈਂਸ ਗੱਡੀਆਂ ਦੇ ਤਾਂ ਪੈਂਚਰ ਹੋਣ ਦੀ ਸਥਿਤੀ ਵਿੱਚ ਵਾਧੂ ਟਾਇਰ ਵੀ ਉਪਲਬਧ ਨਹੀਂ ਹੈ। ਇਸ ਸੰਬੰਧੀ ਜਦ ਐਂਬੂਲੈਂਸਾਂ ਦੇ ਪਾਇਲਟਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਗੱਡੀਆਂ ਤਾਂ ਸਟਾਰਟ ਵੀ ਬੜੀ ਮੁਸ਼ਕਿਲ ਨਾਲ ਹੁੰਦੀਆਂ ਨੇ। ਹਾਂ, ਜਲਦੀ ਸਟਾਰਟ ਨਹੀਂ ਹੁੰਦੀ ਹੈ। ਹੋਰ ਸਮਾਨ ਸਮੂਨ ਪੜਾ ਜੀ ਅੰਦਰ? ਸਮਾਨ ਹੈ, ਹੁੰਦਾ ਵੀ ਆ, ਘੱਟ ਵੀ ਹੁੰਦਾ ਜੀ। ਵੈਸੇ ਦੱਸਦੇ ਰਹਿੰਦੇ ਉੱਪਰ ਕੇ ਵੀ ਸਮਾਨ ਘੱਟ ਹੈ ਇੱਥੇ? ਹਾਂਜੀ ਹਾਂਜੀ। ਅੱਛਾ, ਕਿਹੜਾ ਕਿਹੜਾ ਸਮਾਨ ਤੁਹਾਨੂੰ ਪਤਾ, ਕਿਹੜਾ ਕਿਹੜਾ ਘੱਟ ਲੱਗਦਾ ਜ਼ਿਆਦਾਤਰ? ਸਮਾਨ ਤਾਂ ਵੈਸੇ EMD ਕੈਬਨ ਨੂੰ, ਉਹਨੂੰ ਪਤਾ ਹੁੰਦਾ ਜ਼ਿਆਦਾ। ਠੀਕ ਹੈ, ਮੈਂ ਪਾਇਲਟ ਹਾਂ। ਠੀਕ ਹੈ, ਇੱਕ ਸਾਡੀ ਸੈਲਰੀ ਵੀ ਟਾਈਮ ਨਾ ਆਉਂਦੀ, 2-2-3 ਮਹੀਨੇ ਨਹੀਂ ਆਉਂਦੀ। ਅੱਛਾ। ਰੋਸ ਜ਼ਾਹਿਰ ਕਰਦੇ ਐਂਬੂਲੈਂਸ ਚਲਾਉਣ ਵਾਲੇ ਡਰਾਈਵਰਾਂ ਅਤੇ ਐਂਬੂਲੈਂਸ ਦੇ ਨਾਲ ਚੱਲਣ ਵਾਲੇ EMT ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਕਮ ਐਂਬੂਲੈਂਸ ਮੈਨੇਜਰ ਨੇ ਜ਼ਮੀਨੀ ਹਕੀਕਤ ਦੱਸਦਿਆਂ ਇੱਥੋਂ ਤੱਕ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਅਜਿਹੀ ਕੋਈ ਵੀ ਐਂਬੂਲੈਂਸ ਨਹੀਂ ਹੈ ਜੋ ਚਲਾਉਣ ਵਿੱਚ ਪੂਰੀ ਸੁਰੱਖਿਅਤ ਹੋਵੇ। ਉਹਨਾਂ ਕਿਹਾ ਕਿ ਲੁਧਿਆਣਾ ਵਿੱਚ ਅਜਿਹੀ ਐਂਬੂਲੈਂਸ ਨਹੀਂ ਹੈ ਜੋ ਪੂਰੇ ਤੌਰ ਤੇ ਮੁੱਢਲੀ ਮੈਡੀਕਲ ਸੇਵਾ ਦੇ ਨਾਲ ਲੈਸ ਹੋਵੇ ਅਤੇ ਜਿਸ ਦੇ ਨਾਲ ਮਰੀਜ਼ ਦੀ ਐਮਰਜੈਂਸੀ ਵਿੱਚ ਮੁੱਢਲੀ ਤੌਰ ਤੇ ਜਾਨ ਬਚਾਈ ਜਾ ਸਕੇ। ਐਸੇ ਸਰ, ਐਂਬੂਲੈਂਸ ਬਹੁਤ ਪੁਰਾਣੀ ਹੋ ਚੁੱਕੀ ਹੈ। ਫਸਟ ਏਡ ਤੋਂ ਐਮਰਜੈਂਸੀ ਕੀ ਹੈ, ਇਹ ਐਮਰਜੈਂਸੀ ਕੇ ਲਈ ਯੂਜ ਕੀ ਹੋਤੀ ਹੈ, ਪਰ ਟਾਈਮ ਸਰ ਪਹੁੰਚ ਨਹੀਂ ਪਾਤੀ ਮੈਂ ਸਰ, ਕਈ ਵਾਰ ਤੋਂ ਖਰਾਬ ਹੀ ਹੋ ਜਾਤੀ ਹੈ ਰਸਤੇ ਮੇਂ, ਬਹੁਤ ਪ੍ਰੋਬਲਮ ਆਤੀ ਹੈ ਹਮਕੋ, ਤੋ ਪੇਸ਼ੈਂਟ ਵੀ ਬਹੁਤ ਬੋਲਤੇ ਹੈ, ਗਾਲੀ ਦੇਤੇ ਹੈ ਹਮਕੋ, ਤੋ ਇਹ ਕੰਪਨੀ ਕੋ ਚਾਹੀਏ, ਇਸਕੋ ਚੇਂਜ ਕਰਨਾ ਚਾਹੀਏ। ਆਪਕੀ ਗਾੜੀਆਂ ਅਭੀ ਜੋ ਹੈ ਫਿਟਨੈਸ ਸਰਟੀਫਿਕੇਟ ਲੈ ਚੁੱਕੀ ਹੈ ਜਾਂ ਐਸੀ ਚੱਲ ਰਹੀ ਹੈ? ਐਸੇ ਚੱਲ ਰਹੀ ਹੈ। ਆਪਨੇ ਦੇਖਾ ਹੀ ਹੋਗਾ, ਕਿਸੀ ਕੀ ਬਹੁਤ ਚੀਜ਼ੇ ਮਿਸਿੰਗ ਹੈ। ਅਭੀ ਜੋ ਇਹ ਐਂਬੂਲੈਂਸ ਜਿਤਨੀ ਵੀ ਚੱਲ ਰਹੀ ਹੈ ਸਭੀ ਕਾ ਇੱਕ ਜੈਸੀ ਹਾਲ ਹੈ? ਸਭੀ ਕਾ। ਕਿਤਨੀ ਗਾੜੀਆਂ ਆਪਕੇ ਹਿਸਾਬ ਸੇ ਯਹਾਂ ਚੱਲ ਰਹੀ ਹੈ? ਲੁਧਿਆਣਾ ਮੇਂ 30 ਗਾੜੀ ਚੱਲ ਰਹੀ ਹੈ। ਕਿਤਨੀ ਸਹੀ ਹੋਗੀ? ਉਹ ਜੋ ਸ਼ਹਿਰ ਮੇਂ ਸਿਟੀ ਮੇਂ ਹੈ ਵੋ ਤੋ ਹਾਲਤ ਬਹੁਤ ਖਰਾਬ ਹੈ, ਔਰ ਜੋ ਪਿੰਡ ਮੇਂ ਹੈ ਵੋ ਤੋ ਥੋੜ੍ਹੀ ਸੀ ਅੱਛੀ ਹੋਗੀ। ਸਭੀ ਗਾੜੀਆਂ ਐਸੇ ਹੈ। ਗਾੜੀਓ ਮੇਂ ਤਕਰੀਬਨ ਏਸੀ ਚਲਤਾ ਹੈ ਕਿ ਕੰਪਲੇਂਟ? ਹਾਂ, ਏਸੀ ਚਲਤਾ ਹੈ, ਏਸੀ ਕੀ ਕਈ ਕੰਪਲੇਨੇ ਪੜੀ ਹੈ, ਇਸ ਲਈ ਏਸੀ ਚਲਤਾ ਹੈ ਸਭੀ ਗਾੜੀਓ ਕਾ। ਔਰ ਜੋ ਬਾਕੀ ਕਾ ਜੋ ਐਮਰਜੈਂਸੀ ਜੈਸੇ ਮੈਡੀਕਲ ਕਿੱਟ ਹੋ ਗਈ, ਹੁੰਦੀ ਸਿਲੰਡਰ ਹੋ ਗਿਆ, ਔਰ ਬਾਕੀ ਵੋ ਸਭ ਆਤਾ ਹੈ। ਹਾਂ, ਅਭੀ ਅਵੇਲੇਬਲ ਹੈ ਕਿ? ਅਬ ਹੈ। ਕਈ ਵਾਰ ਐਸਾ ਹੋਤਾ ਹੈ ਕਿ ਪੇਸ਼ੈਂਟ ਕੀ ਜ਼ਿਆਦਾ
इम्पोर्टेंस नहीं ली जाती हमारी, ठीक है। आप वो जो डिसीजन लेते हैं वो अपना ही लेते हैं, हम की नहीं सुनते, कुछ भी नहीं सुनते हम। सामान तकरीबन हाँ ख़त्म रहता है, हम इन्फॉर्म करते हैं सीएल सर को, तो कभी कभी आ जाता है, कभी नहीं आता। और ऐसे में जो पेशेंट है, कई पेशेंट ऐसे भी हैं जिनके मतलब प्रॉब्लम की वजह से पेशेंट बेचारा, हाँ होते हैं कई बार ऐसे पेशेंट भी होते हैं कई बार भी एम्बुलेंस में डेड होते हैं, सिर्फ सामान कमियों की वजह से होता है। हाँ होता है। तो मतलब कॉल कल देखा जाए तो जो एम्बुलेंस है वो सिर्फ ले आने और ले जाने के लिए ही है, और हाँ यही है बस सवारी ढोने के लिए है, ऐसे ही समझ सकते हैं। भी सवारी लेके आया, पेशेंट को छोड़ दिया, बस हॉस्पिटल में पा दिया, फर्स्ट एड कोई नहीं दे। पूरे एक्शन लिया जाएगा, टर्मिनेट भी कर देंगे हमको, और तो ट्रांसफर भी हो सकती है, इसी वजह से कोई जल्दी हाँ कोई भी इशू हो सकता है वो टर्मिनेट करेंगे, चाहे एप्लीकेशन टर्मिनेशन लेटर घर में भेजेंगे, ये बात होगी। क्या क्या दिक्कतें आपको आती है एम्बुलेंस में जाते वक्त, और कैसी कैसी इसमें चीज़ें नहीं हैं जो आपको चाहिए होती हैं? सर इसमें मेन मकसद हमारा है सैलरी का, ठीक है। सैलरी हमको पूरे टाइम पे कभी नहीं मिली, जो एमडी ने पहले बोल रखा कंपनी को एक से लेकर सात तक का सैलरी आ जानी चाहिए लड़कों की, ठीक है जी। हमारी सैलरी कभी टाइम पर नहीं आती। दूसरा है गाड़ियों के कमियों में, ठीक है ना, गाड़ियों के काम में कभी आती है, कभी मतलब कि बहुत देर से कराते हैं, कभी टाइम से नहीं करवाते हैं। पहले हमारी थी दिक्कत गाड़ी में, टायर ज़्यादा प्रॉब्लम दे रहे थे, अभी टायर लगवाए हैं, और बाकी इनमें है प्रॉब्लम शीटों की है, स्ट्रेचर खराब, स्ट्रेचर से नहीं होते हैं, तो बाकी दूसरी उनकी मेन है मतलब की लाइटों लूटों का प्रॉब्लम अच्छा। तो वो है। अच्छा ऐसे कौन कौन, जैसे फर्स्ट एड हो गई या और इक्विपमेंट हो गए, ऑक्सीजन सिलेंडर, ये फर्स्ट एड में सर हमने मतलब की पहले दवाई हमको पूरी लाती थी मेडिसिन, लेकिन अब दवाई भी टाइम पर नहीं आती है, जो हमको मेडिसिन चाहिए गाड़ी में वो टाइम पर नहीं आती। तो जो इमरजेंसी जैसे पेशेंट होता है, एक्सीडेंट हो जाता है, हाँ जी, फर्स्ट एड यूज, तो कैसे करते, कैसे मैनेज करते हैं आपको? तो वैसे सर जो मतलब कि हमारे पास जो चीज़ें होती है वो हम यूज़ कर लेते हैं, जो नहीं होती हैं फिर उसको कंप्लेन लेके लाके हॉस्पिटल में पेशेंट पहुँचा देते हैं। मतलब अभी अगर आपको जो सुविधाएँ असुविधाएँ हो रही हैं, ये सिर्फ सामान ना मिलने की वजह से हो रही हैं? हाँ जी सर। अच्छा आपको क्या लगता है क्या क्या चीज़ें इसमें होनी चाहिए जो नहीं है? सर एमरजेंसी गाड़ी है, ठीक है ना, एम्बुलेंस गाड़ी है, इसमें पूरी सुविधा होनी चाहिए जो पहले थी, जो वो नहीं है। ये कब से चल रहा है ऐसे? सर ऐसे तकरीबन चल रहा है साल ही हो गया, तकरीबन साल से ज़्यादा ही, साल से ज़्यादा। इस साल में 18 से हमको पूरे जो पिछला महीने निकल चुका है जनवरी से लेकर अब तक, ना तो कभी सैलरी टाइम पर आई है और ना कभी हमारा दूसरा। आपके पास पानी की सुविधा, फायर सिलेंडर, ये सारी सेफ्टी वगैरह, ये सब? फायर सिलेंडर मतलब फायर सिलेंडर तो आपने देख ही लिया है कि एक्सपायर ही है, ठीक है ना, बाकी जो अपना ही है वो तो हो ही जा रहा है। अजीत टीम की जांच विच पाया गया कि लुधियाना शहर विच चलन वाली लगभग सारिया ही एम्बूलेंसा की हालत इको जही सी। इस संबंधी जब कर्मचारियों नाल गल की गई तो उन्होंने दसिया कि जब भी वह यह मुद्दा अपने उच्च अधिकारियों को उठाते हैं तो या तो उन्होंने तबादला कर दिता जाता है या फिर उन्होंने टर्मीनेट कर दिता जाता है। अजिहे दोष लगन तो बाद जब उच्च अधिकारियों नाल गल करन दी कोशिश की गई तो उन्होंने कैमरे सामने कुछ भी बोलन तो साफ इनकार कर दिता। अजिहे विच मरीजां दी जीवन रक्षक ए एम्बूलेंस का अजिहा हाल होना सच विच चिंता का कारण है, क्योंकि मरीजां दी जान बचाउन वालियां ए एम्बूलेंसा खुद ही बीमार ते खस्ता हाल हन। हुण खबरां दीआं सुरखियां बनन तो बाद प्रशासन एम्बूलेंसा दी कदों सार लैंदा है ये तो आने वाला समय ही दसेगा। लुधियाना तो अजीत दे लई रुपेश कुमार दी रिपोर्ट, ते मैनू परमजीत कौर सैनी नू दिओ इजाजत, ते तुसी वेखदे रहो अजीत वैब टीवी।